ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਤੇ, ਅਸਲਾਮ ਵਾਲੇਕੁਮ, ਗ੍ਰੀਟਿੰਗਸ ਆਫ ਦ ਡੇ। ਵੈਲਕਮ ਬੈਕ ਟੂ ਯੋਰ ਓਨ ਯੂਟਿਊਬ ਚੈਨਲ, ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ, ਅ ਟਿਊਟਰ ਹੂ ਲਰਨਸ। ਹਾਂਜੀ, ਪੰਜਾਬ ਸਰਕਾਰ ਦਾ ਨਵਾਂ ਐਲਾਨ ਆਇਆ ਜੀ। ਪੰਜਾਬ ਸਰਕਾਰ ਇੱਕ ਵਾਰੀ ਫੇਰ ਕਰ ਰਹੀ ਹੈ ਇੱਕ ਅਜੀਬੋ ਗਰੀਬ ਅਨਾਊਂਸਮੈਂਟ। ਅਤੇ ਪੰਜਾਬ ਸਰਕਾਰ ਨੇ ਕੀ ਕੀਤੇ ਲਏ ਨੇ ਫੈਸਲੇ ਔਰ ਕਿਸ ਤਰੀਕੇ ਨਾਲ ਪ੍ਰਭਾਵ ਪਵੇਗਾ ਇਹਨਾਂ ਦਾ ਵਿਦਿਆਰਥੀਆਂ ਦੇ ਉੱਤੇ। ਤਾਂ ਚੰਡੀਗੜ੍ਹ 22 ਮਈ ਦੇਸ਼ ਕਲਿਕ ਬਿਊਰੋ ਨੇ ਇਹ ਖਬਰ ਛਾਪਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਨੇ 24 ਮਈ ਤੋਂ 23 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਚੱਲਦਿਆਂ ਸਕੂਲਾਂ ਵਿੱਚ 50% ਅਧਿਆਪਕ ਹੀ ਜਾਂਦੇ ਸਨ। ਵਿਦਿਆਰਥੀਆਂ ਨੂੰ ਪਹਿਲਾਂ ਹੀ ਛੁੱਟੀਆਂ ਸਨ। ਅਧਿਆਪਕ ਆਨਲਾਈਨ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਂਦੇ ਸਨ। ਹੁਣ ਸਕੂਲ ਅਧਿਆਪਕਾਂ ਨੂੰ ਵੀ ਹੋਣਗੀਆਂ ਛੁੱਟੀਆਂ। ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜੇ ਸੂਬੇ ਦੇ ਸਰਕਾਰੀ ਅਰਧ ਸਰਕਾਰੀ ਪ੍ਰਾਈਵੇਟ ਸਕੂਲ ਸਮੇਤ ਸਾਰੇ ਸਕੂਲ 24 ਮਈ ਤੋਂ 23 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਦੇ ਲਈ ਪਹਿਲਾਂ ਹੀ ਬੰਦ ਕਰ ਦਿੱਤੀਆਂ ਸਨ ਅਤੇ ਹੁਣ 1 ਮਹੀਨੇ ਲਈ ਸਕੂਲ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਸਾਵਧਾਨੀਆਂ ਵਰਤਣ ਲਈ ਨਾਲ ਨਾਲ ਲੋੜੀਂਦਾ ਉਪਾਅ ਵੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਤੋਂ ਇਲਾਵਾ ਉਹਨਾਂ ਦੀ ਸਰਕਾਰ ਦੇ ਨਾਲ ਸਰਕਾਰ ਨੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਖ਼ਤ ਮਿਹਨਤ ਕਰ ਰਹੀ ਹੈ, ਜੋ ਦਾਖਲਿਆਂ ਵਿੱਚ ਵਾਧਾ ਅਤੇ ਨਤੀਜਿਆਂ ਵਿੱਚ ਸੁਧਾਰ ਤੋਂ ਪ੍ਰਤੀਤ ਹੁੰਦਾ ਹੈ। ਵਿਜੇਂਦਰ ਸਿੰਗਲਾ ਨੇ ਕਿਹਾ ਕਿ ਕੋਵਿਡ ਕਾਰਨ ਪਿਛਲੇ ਸਾਲ ਤੋਂ ਸਕੂਲ ਬੰਦ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਆਪਕ ਮੋਬਾਈਲ ਐਪਲੀਕੇਸ਼ਨਾਂ ਅਤੇ TV ਚੈਨਲਾਂ ਸਮੇਤ ਵੱਖ ਵੱਖ ਆਨਲਾਈਨ ਮਾਧਿਅਮਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ। ਉਹਨਾਂ ਅੱਗੇ ਕਿਹਾ ਕਿ ਇਸ ਸਾਲ ਵੀ ਅਧਿਆਪਕ ਸਿਲੇਬਸ ਆਨਲਾਈਨ ਹੀ ਮੁਕੰਮਲ ਕਰਨ ਲਈ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਛੁੱਟੀਆਂ ਦੌਰਾਨ ਵਿਦਿਆਰਥੀਆਂ ਨਾਲ ਜੁੜੇ ਰਹਿਣ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਬਾਰੇ ਜਾਗਰੂਕ ਕਰਨ। ਤਾਂ ਇਸ ਖਬਰ ਤੋਂ ਸਾਨੂੰ ਅਸੀਂ ਇਹ ਕਰ ਸਕਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਅਧਿਆਪਕਾਂ ਪ੍ਰਤੀ ਥੋੜ੍ਹੀ ਜਿਹੀ ਢਿੱਲ ਵਰਤ ਰਹੀ ਹੈ, ਕਿਉਂਕਿ ਅਧਿਆਪਕਾਂ ਨੂੰ ਪਹਿਲਾਂ ਬਹੁਤ ਹੀ ਸਖ਼ਤ ਰਵੱਈਏ ਦੇ ਨਾਲ ਉਹਨਾਂ ਨਾਲ ਜਿਹੜਾ ਉਹਨਾਂ ਦਾ ਵਰਤੋਂ ਕੀਤੀ ਗਈ ਸਰਕਾਰ ਵੱਲੋਂ। ਉਹਨਾਂ ਨੂੰ ਕੋਵਿਡ ਪੋਜ਼ਿਟਿਵ ਪੇਸ਼ੈਂਟਸ ਦੇ ਜਿਹੜਾ ਡਾਟਾ ਹੁੰਦਾ ਉਹ ਕਲੈਕਟ ਕਰਨ ਲਈ ਭੇਜਿਆ ਗਿਆ। ਕਾਫੀ ਅਧਿਆਪਕਾਂ ਦੀ ਜਿਹੜੀ ਇਹਦੇ ਵਿੱਚ ਮੌਤ ਵੀ ਹੁੰਦੀ ਹੈ, ਉਹ ਵੀ ਖਬਰਾਂ ਤੁਹਾਨੂੰ ਪਤਾ ਹੀ ਨੇ ਸਾਰੀਆਂ। ਤਾਂ ਇੱਕ ਫੈਸਲਾ ਇਹੋ ਜਿਹਾ ਵੀ ਲੈਣਾ ਜ਼ਰੂਰੀ ਸੀ ਜਿਹਦੇ ਨਾਲ ਅਧਿਆਪਕ ਜਿਹੜੇ ਨੇ ਅਗਲੀ ਵਾਰ ਵੋਟ ਪਾ ਸਕਣ। ਤਾਂ ਸਭ ਵੋਟਾਂ ਦੀ ਗੇਮ ਹੈ ਔਰ ਬਾਕੀ ਦੇਖਦੇ ਹਾਂ ਕੀ ਇਹਦੇ ਨਾਲ ਫਰਕ ਪੈਂਦਾ ਆਪਣੀ ਵਿਦਿਆ ਦੇ ਉੱਤੇ ਔਰ ਵਿਦਿਆਰਥੀਆਂ ਦੇ ਉੱਤੇ। ਤੁਹਾਨੂੰ ਇਹ ਨਿਊਜ਼ ਕਿਸ ਤਰੀਕੇ ਦੀ ਲੱਗੀ ਔਰ ਇਸ ਨਿਊਜ਼ ਬਾਰੇ ਤੁਹਾਡੀ ਕੀ ਕਮੈਂਟਸ ਨੇ, ਤੁਸੀਂ ਸਰਕਾਰ ਦੀ ਇਸ ਨੀਤੀ ਬਾਰੇ ਕੀ ਕਹਿਣਾ ਚਾਹੋਗੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਚੜ੍ਹਦੀ ਕਲਾ ਵਿੱਚ ਰਹੋ, ਇੰਸਟਾਗ੍ਰਾਮ ਦੇ ਉੱਤੇ ਸਾਨੂੰ ਫੋਲੋ ਕਰ ਲਓ, ਇੰਸਟਾਗ੍ਰਾਮ ਆਈ ਡੀ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ, ਫੇਸਬੁੱਕ ਆਈ ਡੀ ਸਾਡੀ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ, ਉਹਦੇ 'ਤੇ ਫੋਲੋ ਕਰ ਲਓ, ਲਾਈਕ ਕਰ ਲਓ। ਕੋਈ ਵੀ ਤੁਹਾਨੂੰ ਇਗਜ਼ਾਮ ਰਿਲੇਟਡ ਨਿਊਜ਼ ਚਾਹੀਦੀ ਹੈ, ਤੁਹਾਡੀ ਵਿੱਦਿਆ ਰਿਲੇਟਡ ਕੋਈ ਵੀ ਨਿਊਜ਼ ਚਾਹੀਦੀ ਹੈ, ਸਟੂਡੈਂਟਸ ਟੀਚਰਸ ਦੇ ਲਿੰਕ ਰਿਲੇਟਡ ਕੋਈ ਵਿੱਦਿਆ ਸਾਨੂੰ ਤੁਹਾਨੂੰ ਨਿਊਜ਼ ਚਾਹੀਦੀ ਹੈ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਦਾ ਆਈਕਨ ਦਬਾਓ, ਲਾਈਕ ਕਮੈਂਟ ਤੇ ਸ਼ੇਅਰ ਕਰੋ। My words so bright, it's hard to breathe, but that's alright. Hush.